किताब में तकला पढ़ते हैं वो तस्लीमा किसके रसूल का मुल्क हो जाता है। इसे पिछले हफ्ते मदीना पाक को तशरीफ ले आए हैं,
ਇਹਨਾਂ ਦੀ ਮਿਹਰਬਾਨੀ ਹੈ ਹੁਣ ਜਿਹੜਾ ਮਦੀਨੇ ਆਵੇ ਨਾ ਉਹਨੂੰ ਚਾਹੀਦਾ ਪਤਾ ਆਪ ਮਿਲਣ ਜਾਵੇ ਮੇਰੇ ਨਬੀ ਦਾ ਪ੍ਰਣਾਮ ਵੀ ਹਾਜੀ ਅੱਜ ਕਰਕੇ ਆਵੇ ਜਾਂ ਉਮਰਾ ਕਰਨ ਵਾਲਾ ਉਮਰਾ ਕਰਕੇ ਆਵੇ ਤੇ ਉਹਨੂੰ ਜਾ ਕੇ ਮਿਲੋ ਤੇ ਉਹਨੂੰ ਆਖੋ ਯਾਰ ਸਾਡੇ ਵਾਸਤੇ ਦੁਆ ਕਰ ਤੂੰ ਗੁਨਾਹ ਤੋਂ ਇੱਕ ਪਾਕ ਹੋਇਆ ਹੈ ਜਿਵੇਂ ਮਾਂ ਦੇ ਸ਼ਿਕਰ ਤੋਂ ਆਏ ਜਨਮ ਲੈ ਕੇ ਆਇਆ ਲੇਕਿਨ ਸੁਣੀ ਇਹਨਾਂ ਦੀ ਮਿਹਰਬਾਨੀ ਇਹਨਾਂ ਨੂੰ ਪਤਾ ਕਿ ਮੌਸੀ ਆਖਰ ਦੇ ਦਾ ਕਿਹਨਾਂ ਦੇ ਨਾਲ ਦਾ ਇਹਨਾਂ ਨਾਲ ਜੀ ਪੁੰਗੇ ਦਾ ਜੀ ਮੈਂ ਹੀ ਆ ਜਾਣਾ ਤੇ ਤੁਸੀਂ ਨਹੀਂ ਆਉਣਾ ਤੇ ਇਹ ਮਹਿਮਾਨ ਨੇ ਮਦੀਨਾ ਵੀ ਸਾਨੂੰ ਮਦੀਨਾ ਪਾਕ ਤੋਂ ਆਏ ਹੋ ਤੇ ਜ਼ਿਆਰਤ ਕਰਾਂ ਨਾਲ ਤੇ ਤੁਸੀਂ ਵੀ ਆਏ ਅਜੀ ਦਾ ਨਿਗਰਾਨੀ ਮੇਰੇ ਰੋਜ ਫਰਮਾਓ ਮੇਰੇ ਇਮਾਮ ਸੈਯਦੀ ਆਲਾ ਹਜ਼ਰਤ ਹਜ਼ੂਰ ਨਾਲ ਕਿਹਨ ਪਿਆਰ ਕਰਦੇ ਹੋ ਜਦੋਂ ਆਪ ਨੇ ਨਾ ਹਾਜੀ ਕਰਨ ਵਾਸਤੇ ਤੇ ਜੱਦੇ ਜਾ ਕੇ ਉਹਦੇ ਤੇ ਸਾਰੀ ਦੁਨੀਆ ਜਾਂਦੀ ਸੀ ਭਈ ਮੱਕੇ ਵੱਲੇ ਤੇ ਸੈਯਦੀ ਆਪਦ ਰਜ਼ਾ ਨੰਗੇ ਕਰੀ ਮਦੀਨੇ ਵੱਲ ਜਾ ਰਹੇ ਪੈਰਾਂ ਚ ਜੁੱਤੀ ਵੀ ਨਹੀਂ ਪਾਈ ਤੇ ਜਿਹਨਾਂ ਹਾਜੀ ਉਹਨਾਂ ਕੀਤਾ ਨੂੰ ਪਤਾ ਹੈ ਉਹ ਤਾਂ ਦੀ ਗਰਮੀ ਕੈਸੀ ਹੈ ਤੇ ਸੈਯਦੀ ਆਲਾ ਜਾ ਰਹੇ ਨਾ ਨੰਗੇ ਕਰੀ ਮਦੀਨੇ ਵੱਲ ਸਿਹਰਾਏ ਮਦੀਨਾ ਦਾ ਇੱਕ ਕੰਡਾ ਮੇਰੇ ਆਲਾ ਸਾਡਾ ਗੁਜ਼ਾਰਾ ਨਬੀ ਪਾਕ ਸੱਲ
ਦੀ ਬਾਤ ਚਾਹੁੰਦਾ ਹੈ ਕਿ ਸਾਨੂੰ ਦੱਸਿਆ ਕਹਿੰਦਾ ਸੀ ਇਮਾਮ ਸੈਯਦ ਇਮਾਨ ਹਜ਼ਰਤ ਨੇ ਕਿ ਸਾਡਾ ਕੀਤਾ